ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬੁਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇ ਸੁਖਦੇਵ ਸਿੰਘ ਢਿੰਡਸਾ ਨੇ ਕਿਹਾ ਸੁਖਬੀਰ ਬਾਦਲ ਹੈ ਅਕਾਲੀ ਦਲ ਦਾ ਫਰਜ਼ੀ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹਾਰਨ ਬਾਅਦ ਵੀ ਢਿੰਡਸਾ ਨੂੰ ਮਿਲੀਆਂ ਅਕਾਲੀ ਦਲ ਕਰਕੇ ਸਰਦਾਰੀਆਂ ਇੱਕ ਹੋਰ ਅਕਾਲੀ ਆਗੂ ਕਹਿੰਦਾ ਹੈ ਢਿੰਡਸਾ ਤਾਂ ਅਕਾਲੀ ਦਲ ਦਾ ਮੁੱਢਲਾ ਮੈਂਬਰ ਵੀ ਨਹੀਂ ਖਬਰਾਂ ਤਾਂ ਤੁਹਾਨੂੰ ਸਾਰੇ ਟੀਵੀ ਚੈਨਲ ਦਿਖਾਉਂਦੇ ਨੇ ਰੇਡੀਓ ਵੀ ਦਿੰਦੇ ਨੇ ਤੇ ਅਖਬਾਰ ਵਿੱਚ ਵੀ ਪੜ ਲੈਂਦੇ ਹੋ ਪਰ ਇਨਾਂ ਖਬਰਾਂ ਵਿੱਚ ਅੰਦਰਲੀ ਖਬਰ ਕੀ ਹੈ ਅਸੀਂ ਉਹ ਦੱਸਦੇ ਹਾਂ ਦੇਖਦੇ ਰਹੋ ਪੰਜਾਬ ਡੈਰੀ ਅਗਰ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਚੰਗਾ ਲੱਗਦਾ ਹੈ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ ਕਰੋ ਅਤੇ ਅੱਗੇ ਵੀ ਸ਼ੇਅਰ ਕਰੋ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਉੱਪਰ ਜਦੋਂ ਤੋਂ ਸ਼੍ਰੀ ਗੁਰੂ ਰਣ ਸਾਹਿਬ ਦੀ ਬੇਅਦਬੀ ਕਰਵਾਉਣ ਦੇ ਦੋਸ਼ ਲੱਗੇ ਹਨ ਉਦੋਂ ਤੋਂ ਇਸ ਵਿੱਚੋਂ ਕਈ ਵੱਡੇ ਅਕਾਲੀ ਆਗੂਆਂ ਦਾ ਬਾਹਰ ਜਾਣਾ ਲਗਾਤਾਰ ਜਾਰੀ ਹੈ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਉਸ ਦੇ ਹੋਰ ਵੱਡੇ ਅਤੇ ਅਹਿਮ ਸਾਥੀਆਂ ਤੋਂ ਬਾਅਦ ਹੁਣ ਸੁਖਦੇਵ ਸਿੰਘ ਢਿੰਡਸਾ ਦਾ ਜਾਣਾ ਵੀ ਇਸੇ ਕੜੀ ਦਾ ਇੱਕ ਹਿੱਸਾ ਹੈ ਬਾਦਦਾਲ ਵਿੱਚੋਂ ਵੱਖ ਹੋਏ ਅਕਾਲੀ ਆਪਣੇ ਵੱਖਰੇ ਬਣਾਏ ਅਕਾਲੀ ਦਲ ਟਕਸਾਲੀ ਨਾਲ ਜੁੜ ਰਹੇ ਹਨ ਅਤੇ ਉਹਨਾਂ ਦੀ ਤਾਕਤ ਲਗਾਤਾਰ ਵਧ ਰਹੀ ਹੈ ਆਪਾਂ ਗੱਲ ਕਰਦੇ ਹਾਂ ਅਕਾਲੀ ਦਲ ਅਤੇ ਸੁਖਦੇਵ ਸਿੰਘ ਢਿੰਡਸਾ ਦੀ ਅੱਜ ਅਤੇ ਕੱਲ ਤਿੰਨ ਵੱਡੇ ਬਿਆਨ ਆਇਆ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਢੀਂਡਸਾ ਪਰਿਵਾਰ ਲਗਭਗ ਹਾਰਦਾ ਰਿਹਾ ਹੈ ਪਰ ਫਿਰ ਵੀ ਉਹਨਾਂ ਨੂੰ ਉੱਚੇ ਅਹੁਦੇ ਅਕਾਲੀ ਦਲ ਨੇ ਦਿੱਤੇ ਹਨ ਅਤੇ ਰਾਜ ਸਭਾ ਮੈਂਬਰ ਵੀ ਬਣਾਇਆ ਹੈ ਸੁਖਬੀਰ ਸਿੰਘ ਬਾਦਲ ਦਾ ਇੱਕ ਹੋਰ ਸਾਥੀ ਕਹਿੰਦਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਤਾਂ ਅਕਾਲੀ ਦਲ ਦਾ ਮੁੱਢਲਾ ਮੈਂਬਰ ਵੀ ਨਹੀਂ ਹੈ ਕਿਉਂਕਿ ਉਸਨੇ 10 ਰੁਪਏ ਮੈਂਬਰਸ਼ਿਪ ਫੀਸ ਵੀ ਨਹੀਂ ਭਰੀ ਹੁਣ ਸੋਨੋ ਢੀਂਡਸਾ ਦਾ ਬਿਆਨ ਕਿੰਸਾ ਦਾ ਅੱਜ ਵੱਡਾ ਬਿਆਨ ਆਇਆ ਹੈ ਕਿ ਸੁਖਬੀਰ ਬਾਦਲ ਅਕਾਲੀ ਦਲ ਦਾ ਫਰਜੀ ਪ੍ਰਧਾਨ ਬਣਿਆ ਹੋਇਆ ਹੈ ਕਿਉਂਕਿ ਉਸਨੇ ਪ੍ਰਧਾਨਗੀ ਲਈ ਜੋ ਪ੍ਰੋਸੈਸ ਅਪਣਾਉਣਾ ਹੁੰਦਾ ਹੈ ਉਸ ਨੂੰ ਨਹੀਂ ਅਪਣਾਇਆ ਆਪਾਂ ਇਹਨਾਂ ਤਿੰਨਾਂ ਦੇ ਬਿਆਨਾਂ ਤੇ ਗੱਲ ਕਰਦੇ ਹਾਂ ਪਹਿਲਾ ਬਿਆਨ ਸੁਖਬੀਰ ਸਿੰਘ ਬਾਦਲ ਦਾ ਕਿ ਢੀਂਡ ਸਾਹਿਬ ਪਰਿਵਾਰ ਹਾਰਨ ਦੇ ਬਾਅਦ ਵੀ ਅਸੀਂ ਰਾਜ ਸਭਾ ਵਿੱਚ ਭੇਜਿਆ ਦੇਖਿਆ ਜਾਵੇ ਤਾਂ ਢੀਂਡਸਾ ਪਰਿਵਾਰ ਨੂੰ ਉਸ ਵੇਲੇ ਤੋਂ ਹੀ ਅਕਾਲੀ ਦਲ ਦਾ ਵਿਰੋਧ ਕਰ ਰਿਹਾ ਹੈ ਕਿਉਂਕਿ ਉਹਨਾਂ ਦਾ ਇਲਜ਼ਾਮ ਹੈ ਕਿ ਉਹ ਹਰਿਆਣੇ ਹੀ ਭਰ ਕੇ ਉਹਨਾਂ ਨੂੰ ਅਕਾਲੀ ਦਲ ਵੱਲੋਂ ਹੀ ਹਰਾਇਆ ਗਿਆ ਹੈ ਫਿਰ ਇਸ ਸਥਿਤੀ ਵਿੱਚ ਉਸ ਨੂੰ ਆਪਣੇ ਨਾਲ ਰੱਖਣ ਲਈ ਰਾਜ ਸਭਾ ਦੀ ਮੈਂਬਰੀ ਅਕਾਲੀ ਦਲ ਨੇ ਦਿੱਤੀ ਤਾਂ ਕਿ ਪਰਿਵਾਰ ਤੇ ਇਹਸਾਨ ਬਣਿਆ ਰਹੇ ਹੁਣ ਦੂਜੇ ਬਿਆਨ ਦੀ ਗੱਲ ਕਰਦੇ ਹਾਂ ਕਿ ਇਹ ਕਿ ਸੁਖਦੇਵ ਸਿੰਘ ਢੀਂਡਸਾ ਮੋਡਲਾ ਮੈਂਬਰ ਵੀ ਨਹੀਂ ਕੋਈ ਪੁੱਛੇ ਕਿ ਭਾਈ ਜੇਕਰ ਉਹ ਮੈਂਬਰ ਵੀ ਨਹੀਂ ਸੀ ਤਾਂ ਅਕਾਲੀ ਦਲ ਦਾ ਉਸ ਕੋਲ ਵੱਡੇ ਅਹੁਦੇ ਦੀ ਜ਼ਿੰਮੇਵਾਰੀ ਕਿਵੇਂ ਆ ਗਈ ਉਸ ਨੂੰ ਰਾਜ ਸਭਾ ਦਾ ਮੈਂਬਰ ਅਕਾਲੀ ਦਲ ਦਾ ਅਫੀਸ਼ੀਅਲ ਉਮੀਦਵਾਰ ਬਣਾ ਕੇ ਕਿਵੇਂ ਭੇਜ ਦਿੱਤਾ ਗਿਆ ਚਲੋ ਇਹ ਵੀ ਗੱਲ ਹੋਈ ਹੁਣ ਆਪਾਂ ਤਾਜ਼ਾ ਅਤੇ ਵੱਡੇ ਬਿਆਨ ਦੀ ਗੱਲ ਕਰਦੇ ਹਾਂ ਜੋ ਸੁਖਦੇਵ ਸਿੰਘ ਢੀਂਡਸਾ ਦਾ ਸੁਖਬੀਰ ਸਿੰਘ ਬਾਦਲ ਬਾਰੇ ਆਇਆ ਹੈ ਕਿ ਸੁਖਬੀਰ ਇੱਕ ਫਰਜੀ ਪ੍ਰਧਾਨ ਹੈ ਪੁੱਛਣ ਵਾਲਾ ਹੋਏ ਕਿ ਅਕਾਲੀ ਦਲ ਦੀ ਹੁਣ ਤੱਕ ਦੀ ਰਵੈਤ ਇਹ ਹੀ ਰਹੀ ਹੈ ਤੇ ਇਸੇ ਤਰ੍ਹਾਂ ਪ੍ਰਧਾਨ ਚੁਣਿਆ ਜਾਂਦਾ ਰਿਹਾ ਹੈ ਹੁੰਦਾ ਪ੍ਰਧਾਨ ਚੁਣੇ ਜਾਣ ਵਿੱਚ ਢਿੰਡਸਾ ਦੀ ਵੀ ਇਸੇ ਤਰ੍ਹਾਂ ਹੀ ਜ਼ਿੰਮੇਵਾਰੀ ਰਹੀ ਹੈ ਅਤੇ ਉਹ ਵੀ ਆਪਣੇ ਫਰਜ਼ ਪ੍ਰਧਾਨ ਚੁਣਨ ਵਿੱਚ ਨਿਭਾਉਂਦੇ ਰਹੇ ਹਨ ਪਰ ਇਸ ਵਾਰੀ ਫਰਜ਼ੀ ਕਿਵੇਂ ਹੋ ਗਿਆ ਮਸਲਾ ਇਹ ਕਿ ਹੁਣ ਢਿੰਡਸਾ ਅਕਾਲੀ ਦਲ ਦਾ ਨਹੀਂ ਰਿਹਾ ਇਸ ਲਈ ਉਸ ਨੂੰ ਇਹ ਚੋਣ ਫਰਜ਼ੀ ਕਹਿਨ ਦਾ ਹੱਕ ਮਿਲ ਗਿਆ ਹੈ ਅਤੇ ਪਹਿਲਾਂ ਇਸੇ ਤਰ੍ਹਾਂ ਹੁੰਦੀ ਚੋਣ ਨੂੰ ਫਰਜ਼ੀ ਕਦੇ ਵੀ ਕਹਿ ਕੇ ਵਿਰੋਧ ਕਿਉਂ ਨਹੀਂ ਕੀਤਾ ਅਸਲ ਗੱਲ ਇਹ ਹੈ ਕਿ ਸਿਆਸੀ ਲੋਕ ਸਿਰਫ ਓਨੀ ਦੇਰ ਹੀ ਇੱਕ ਦੂਜੇ ਦੇ ਹੱਕ ਵਿੱਚ ਭੁਗਤਦੇ ਹਨ ਜਦੋਂ ਤੱਕ ਉਹਨਾਂ ਦੇ ਸਿਆਸੀ ਹਿੱਤ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ ਇੱਕ ਦੂਜੇ ਦੇ ਪਾਸੇ ਹੁੰਦਿਆਂ ਹੀ ਸਾਰਾ ਕੁਝ ਗਲਤ ਲੱਗ ਲੱਗਦਾ ਹੈ ਜਿਵੇਂ ਅੱਜਕੱਲ ਤਾਜ਼ਾ-ਤਾਜ਼ਾ ਵਕ ਹੋਏ 1800 ਸਾਬ ਨੂੰ ਅਕਾਲੀ ਦਲ ਦਾ ਗਲਤ ਲੱਗ ਰਿਹਾ ਹੈ ਬਾਕੀ ਤੁਸੀਂ ਵੀ ਇਨ੍ਹਾਂ ਸਿਆਸੀ ਬਿਆਨਾਂ ਬਾਰੇ ਆਪਣੇ ਵਿਚਾਰ ਦੇ ਸਕਦੇ ਹੋ ਕਿ ਤੁਹਾਨੂੰ ਇਹ ਸਭ ਕੁਝ ਸਿਆਸੀ ਬਿਆਨਬਾਜ਼ੀ ਕਿਵੇਂ ਲੱਗ ਰਹੀ ਹੈ ਸਾਡਾ ਇਹ ਉਪਰਾਲਾ ਅਗਰ ਤੁਹਾਨੂੰ ਚੰਗਾ ਲੱਗਦਾ ਹੈ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ ਕਰੋ ਅਤੇ ਇਸ ਨੂੰ ਅੱਗੇ ਵੀ ਸ਼ੇਅਰ ਕਰੋ ਇਸ ਦੇ ਬਿਲਕੁਲ ਹੇਠਾਂ ਕਮੈਂਟ ਬਾਕਸ ਵਿੱਚ ਆਪਣਾ ਕਮੈਂਟ ਵੀ ਦਿਓ ਪੰਜਾਬ ਡੈਰੀ ਦਾ ਆਨੰਦ ਤੁਸੀਂ ਹੁਣ ਫੇਸਬੁੱਕ ਤੇ ਵੀ ਮਾਣ ਸਕਦੇ ਹੋ ਫੇਸਬੁੱਕ ਤੇ ਸਾਡੇ ਪੇਜ ਪੰਜਾਬ ਡੈਰੀ ਨਿਊਜ਼ ਅਤੇ ਸਾਡੇ ਫੇਸਬੁੱਕ ਗਰੁੱਪ ਪੰਜਾਬ ਡੈਰੀ ਟੀਵੀ ਨੂੰ ਲਾਈਕ ਅਤੇ ਫੋਲੋ ਕਰੋ ਇਸ ਨਾਲ ਜੁੜ ਕੇ ਤੁਸੀਂ ਦੇਸ਼ ਦੁਨੀਆ ਦੇ ਹਾਲਾਤ ਬਾਰੇ ਤਾਂ ਤਰੋਤਾਜ਼ਾ ਹੋਮੋਗੇ ਹੀ ਆਪਣੇ ਦਿਲ ਦੀ ਗੱਲ ਵੀ ਦੁਨੀਆ ਭਰ ਤੱਕ ਪਹੁੰਚਾ ਸਕਦੇ ਹੋ ਇਸ ਨਾਲ ਆਪਣੇ ਦੋਸਤਾਂ ਨੂੰ ਵੀ ਜੋੜੋ ਪੰਜਾਬ ਡੈਰੀ ਨੇ ਬਾਕੀ ਖਬਰਾਂ ਦੇ ਨਾਲ ਨਾਲ ਹੁਣ ਪੰਜਾਬੀ ਅਤੇ ਹਿੰਦੀ ਫਿਲਮਾਂ ਦੇ ਰਿਵਿਊ ਚੰਗੀਆਂ ਪੰਜਾਬੀ ਰਚਨਾਵਾਂ ਅਤੇ ਗੀਤਾਂ ਬਾਰੇ ਵੀ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ ਇਸ ਬਾਰੇ ਆਪਣੇ ਵਿਚਾਰ ਅਤੇ ਸੁਝਾਅ ਸਾਨੂੰ ਜਰੂਰ ਭੇਜੋ ਤਾਂ ਕਿ ਅਸੀਂ ਇਸ ਨੂੰ ਤੁਹਾਡੀ ਪਸੰਦ ਮੁਤਾਬਕ ਹੋਰ ਬਿਹਤਰ ਬਣਾ ਸਕੀਏ